ਜਿਹੜੀ ਸਭ ਤੋਂ ਵੱਡੀ ਪਰੇਸ਼ਾਨੀ ਆ ਰਹੀ ਹੈ ਮਾਸਟਰਸ ਐਪਲੀਕੇਸ਼ਨ ਕਈ ਕੰਸਲਟੈਂਟ ਐਸੇ ਹੈ ਕਿ ਜਿਹੜੇ ਅਗੇਨ ਮਾਸਟਰਸ ਤੇ ਵੀਜ਼ਾ ਲੈਣ ਦੀ ਮਹਾਰਤ ਨਹੀਂ ਰੱਖਦੇ ਬਟ ਪ੍ਰੋਬਲਮ ਆਉਂਦੀ ਹੈ ਕਿ ਕਈ ਐਪਲੀਕੇਸ਼ਨਸ ਰਿਫਿਊਜ਼ ਹੋ ਜਾਂਦੀ ਹੈ ਜਾਂ ਤਾਂ ਸਾਨੂੰ ਪ੍ਰੋਗਰੈਸ਼ਨ ਨਹੀਂ ਦਿਖਾਣੀ ਆ ਰਹੀ ਇਹ ਐਪਲੀਕੇਸ਼ਨ ਜਿਹੜੀਆਂ ਵੀਜ਼ਾ ਰਿਫਿਊਜ਼ ਹੋਣ ਦੇ ਬਹੁਤ ਜ਼ਿਆਦਾ ਹੱਦ ਤੱਕ ਚਾਂਸਿਸ ਵੱਧ ਜਾਂਦੇ ਆ ਅਗੇਨ ਮਾਸਟਰਸ ਲਈ ਪੜ੍ਹਨਾ ਚਾਹੁੰਦੇ ਹੋ ਆਸਟ੍ਰੇਲੀਆ ਦੇ ਵਿੱਚ ਜਾ ਕੇ 5 ਸਾਲ ਦੇ ਵਰਕ ਪਰਮਿਟ ਲੈਣ ਦੇ ਲਈ ਐਲੀਜੀਬਲ ਹੁੰਦੇ ਮੇਨ ਐਪਲੀਕੈਂਟ ਗ੍ਰੈਜੂਏਟ ਆ ਬਟ ਸਪਾਊਸ ਦੀ ਗੱਲ ਕਰੀਏ ਸਪਾਊਸ ਪਲੱਸ 2 ਹੈ ਸੇਮ ਵੇ ਤੁਹਾਨੂੰ ਟਰੈਵਲ ਕਰਾਏਗਾ ਓਮ ਗਲੋਬਲ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਊਗਾ ਤੇ ਵੀਜ਼ਾ ਹਾਸਲ ਕਰਨ ਦੀ ਤੁਹਾਡੀ ਮਦਦ ਕਰੇਗਾ ਸੋਸ਼ਲ ਮੀਡੀਆ ਤੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਤਾਂ ਟੀਮ ਓਮ ਗਲੋਬਲ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਗੱਲ ਕਰਾਂਗੇ ਅੱਜ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਦੀ ਤੇ ਆਸਟ੍ਰੇਲੀਆ ਦੇ ਕੋਰਸਿਸ ਬਾਰੇ ਜਿਹੜੀ ਸਭ ਤੋਂ ਵੱਡੀ ਪਰੇਸ਼ਾਨੀ ਆ ਰਹੀ ਹੈ ਮਾਸਟਰਸ ਐਪਲੀਕੇਸ਼ਨਸ ਅਗੇਨ ਮਾਸਟਰਸ ਕਰਨਾ ਚਾਹੁੰਦੇ ਆ ਸੋ ਕਈ ਕੰਸਲਟੈਂਟ ਹੈ ਜਿਨ੍ਹਾਂ ਨੂੰ ਸਮਝ ਨਹੀਂ ਹੈ ਜਾਂ ਕਈ ਕੰਸਲਟੈਂਟ ਐਸੇ ਹੈ ਕਿ ਜਿਹੜੇ ਅਗੇਨ ਮਾਸਟਰਸ ਤੇ ਵੀਜ਼ਾ ਲੈਣ ਦੀ ਮਹਾਰਤ ਨਹੀਂ ਰੱਖਦੇ ਤਾਂ ਓਮ ਗਲੋਬਲ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਊਗਾ ਅਤੇ ਵੀਜ਼ਾ ਹਾਸਲ ਕਰਨ 'ਚ ਤੁਹਾਡੀ ਮਦਦ ਕਰੇਗਾ ਜੀ ਮਾਸਟਰਸ ਦੀ ਗੱਲ ਕਰਦੇ ਹਾਂ ਕਿ ਇੱਕ ਵਾਰ ਤੁਸੀਂ ਇੰਡੀਆ ਦੇ ਵਿੱਚ ਮਾਸਟਰਸ ਕਰ ਚੁੱਕੇ ਹੋ ਅਗੇਨ ਮਾਸਟਰਸ ਲਈ ਪੜ੍ਹਨਾ ਚਾਹੁੰਦੇ ਹੋ ਆਸਟ੍ਰੇਲੀਆ ਦੇ ਵਿੱਚ ਜਾ ਕੇ ਬਟ ਪ੍ਰੋਬਲਮ ਆਉਂਦੀ ਹੈ ਕਿ ਕਈ ਐਪਲੀਕੇਸ਼ਨਸ ਰਿਫਿਊਜ਼ ਹੋ ਜਾਂਦੀਆਂ ਜਾਂ ਤਾਂ ਤੁਹਾਨੂੰ ਪ੍ਰੋਗਰੈਸ਼ਨ ਨਹੀਂ ਦਿਖਾਣੀ ਆ ਰਹੀ ਜਿਹੜੇ ਵੀ ਕੰਸਲਟੈਂਟ ਤੋਂ ਐਪਲੀਕੇਸ਼ਨ ਕਰਾ ਰਹੇ ਹੋ ਜਾਂ ਏਜੰਟ ਹੱਥ ਨਹੀਂ ਫੜ ਰਿਹਾ ਟਰਾਈ ਕਰਦੇ ਆ ਅਗਰ ਵੀਜ਼ਾ ਗ੍ਰਾਂਟ ਹੋਊਗਾ ਤਾਂ ਓਕੇ ਨਹੀਂ ਗ੍ਰਾਂਟ ਹੁੰਦਾ ਤਾਂ ਸੌਰੀ ਤੁਹਾਨੂੰ ਕਿਹਾ ਜਾਂਦਾ ਸੋ ਆਸਟ੍ਰੇਲੀਅਨ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਕਿ ਜਿਹੜੇ ਐਪਲੀਕੈਂਟਸ ਆਲਰੇਡੀ ਇੱਥੇ ਮਾਸਟਰਸ ਕਰ ਚੁੱਕੇ ਆ ਮਾਸਟਰਸ ਇਨ ਰਿਸਰਚ ਕਰ ਸਕਦੇ ਹੋ ਤੁਸੀਂ ਜਿਹਦੇ ਵਿੱਚ ਇੱਕ ਤਾਂ ਪ੍ਰੋਗਰੈਸ਼ਨ ਹੋ ਜਾਏਗੀ ਅਤੇ ਕਾਰਨ ਦੱਸਿਆ ਜਾਏਗਾ ਕਲੀਅਰਲੀ ਕਿ ਕਿਉਂ ਤੁਸੀਂ ਅਗੇਨ ਮਾਸਟਰਸ ਕਰਨਾ ਚਾਹੁੰਦੇ ਹੋ ਕਿ ਜਿਹਦੇ ਵਿੱਚ ਵੀਜ਼ਾ ਗ੍ਰਾਂਟ ਹੋਣ ਦੇ ਕਾਫੀ ਚਾਂਸਿਸ ਹੋ ਜਾਂਦੇ ਆ ਸੋ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਕਿ ਕਈ ਕੋਰਸਿਸ ਐਸੇ ਨੇ ਕਿ ਜਿਹੜੇ ਸਕਿੱਲ ਅਸੈਸਮੈਂਟ ਲਿਸਟ ਦੇ ਵਿੱਚ ਨਹੀਂ ਗਏ ਜਾਂ ਕਈ ਕੰਸਲਟੈਂਟ ਆ ਜਿਹੜੇ ਤੁਹਾਨੂੰ ਗਾਈਡ ਨਹੀਂ ਕਰ ਪਾਉਂਦੇ ਕਿ ਕਿਹੜਾ ਕੋਰਸ ਲਿਆ ਜਾਵੇ ਜਿਹਦੇ ਵਿੱਚ ਤੁਹਾਨੂੰ ਈਜ਼ੀਲੀ ਵੀਜ਼ਾ ਵੀ ਗ੍ਰਾਂਟ ਹੋ ਜਾਏਗਾ ਅਤੇ ਤੁਹਾਡੀ PR ਐਪਲੀਕੇਸ਼ਨ ਵੀ ਪ੍ਰੋਸੈਸ ਹੋ ਜਾਏਗੀ ਥੋੜ੍ਹੀ ਜਿਹੀ ਪ੍ਰੋਫਾਈਲਸ ਦੇ ਬਾਰੇ ਮੈਂ ਗੱਲ ਕਰਨਾ ਚਾਹੂੰਗਾ ਅੱਜ ਕਿ ਕਿਹੜੇ ਐਪਲੀਕੈਂਟਸ ਕਿਹੜਾ ਕੋਰਸ ਲੈ ਕੇ ਜਾ ਸਕਦੇ ਕਿ ਜਿਹਦੇ ਨਾਲ ਵੀਜ਼ਾ ਗ੍ਰਾਂਟ ਹੋਣ 'ਚ ਵੀ ਤੁਹਾਨੂੰ ਈਜ਼ੀਲੀ ਪ੍ਰੋਸੈਸ ਹੋ ਜਾਏਗਾ ਔਰ ਤੁਹਾਡੇ PR ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਏਗੀ ਡਾਕਟਰਸ ਦੀ ਗੱਲ ਕਰਦੇ ਹੋ ਨਰਸਿਸ ਦੀ ਗੱਲ ਕਰਦੇ ਹੋ ਫਾਰਮਾਸਿਸ ਦੀ ਗੱਲ ਕਰਦੇ ਆ ਜਾਂ ਗੱਲ ਕਰਦੇ ਕਿ ਡੈਂਟਲ ਦੇ ਵਿੱਚ ਜਿਹੜੇ ਆਲਰੇਡੀ ਮਾਸਟਰਸ ਕਰ ਚੁੱਕੇ ਆ ਸੋ ਅਗਰ ਤਾਂ 7 ਈਚ ਐਪਲੀਕੇਸ਼ਨ ਤੁਹਾਡੇ ਕੋਲ ਹੈਗੀ ਹੈ ਅਤੇ ਤੁਸੀਂ ਮਾਸਟਰ ਆਫ ਨਰਸਿੰਗ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਮਾਸਟਰ ਇਨ ਹੈਲਥ ਮੈਨੇਜਮੈਂਟ ਕਰ ਸਕਦੇ ਹੋ ਜਿਹਦੇ ਵਿੱਚ PR ਦੇ ਵੀ ਕਾਫੀ ਹੱਦ ਤੱਕ ਚਾਂਸਿਸ ਤੁਹਾਡੇ ਵੱਧ ਜਾਂਦੇ ਨੇ ਸੋ ਇਸ ਤੋਂ ਬਾਅਦ ਗੱਲ ਕਰਦੇ ਹਾਂ BEd ਐਪਲੀਕੇਸ਼ਨ ਦੀ BEd ਐਪਲੀਕੇਸ਼ਨਸ ਆਲਰੇਡੀ ਤੁਸੀਂ BEd ਕੀਤੀ ਹੋਈ ਹੈ ਫਰਦਰ ਪੜ੍ਹਨ ਲਈ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਮਾਸਟਰ ਆਫ ਈ-ਕਾਮਰਸ ਤੁਸੀਂ ਉੱਥੇ ਜਾ ਕੇ ਪੜ੍ਹਾਈ ਕਰ ਸਕਦੇ ਹੋ ਕਿ ਜਿਹੜੀ ਹਾਈ ਡਿਮਾਂਡ ਉੱਥੇ ਆਸਟ੍ਰੇਲੀਆ ਦੇ ਵਿੱਚ ਹੈਗੀ ਹੈ ਅਤੇ ਕਈ ਯੂਨੀਵਰਸਿਟੀਜ਼ ਐਸੀ ਹੈ ਕਿ ਜਿਹੜੇ ਸਟੂਡੈਂਟਸ ਨੂੰ ਖੁਦ ਵੀ ਆਪਸ਼ਨਸ ਦਿੰਦੇ ਆ ਕਿ ਯੂਨੀਵਰਸਿਟੀ ਦੇ ਵਿੱਚ ਹੀ ਜੋਬ ਕਰਨ ਦੀ ਸੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਮਾਸਟਰ ਆਫ ਇੰਜੀਨੀਅਰਿੰਗ ਦੇ ਵਿੱਚ ਸੋ ਬੜੇ ਸਟੂਡੈਂਟ ਆਉਂਦੇ ਨੇ ਕਿ ਸਰ ਮੈਂ ਫਲਾਣੇ ਏਜੰਟ ਦੇ ਕੋਲ ਗਿਆ ਸੀਗਾ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਿਆ ਦੈਨ ਏਜੰਟ ਨੇ ਮੈਨੂੰ MBA ਸੁਜੈਸਟ ਕੀਤਾ ਸੋ ਇਹ ਐਪਲੀਕੇਸ਼ਨ ਜਿਹੜੀਆਂ ਵੀਜ਼ਾ ਰਿਫਿਊਜ਼ ਹੋਣ ਦੇ ਬਹੁਤ ਜ਼ਿਆਦਾ ਹੱਦ ਤੱਕ ਚਾਂਸਿਸ ਵੱਧ ਜਾਂਦੇ ਆ ਸੋ ਮਾਸਟਰਿੰਗ ਕੰਸਟਰਕਸ਼ਨ ਮੈਨੇਜਮੈਂਟ ਤੁਸੀਂ ਕਰ ਸਕਦੇ ਹੋ ਕੰਸਟਰਕਸ਼ਨ ਦੇ ਵਿੱਚ ਹਾਈ ਡਿਮਾਂਡ ਦੇ ਵਿੱਚ ਆ ਅਤੇ ਇਹਨਾਂ ਦੇ ਵਿੱਚ ਆਲਰੇਡੀ 10 ਪੁਆਇੰਟ ਤੁਹਾਨੂੰ ਐਕਸਟਰਾ ਮਿਲ ਜਾਂਦੇ ਆ ਅਤੇ PR ਜਿਹੜੀ ਤੁਹਾਡੀ ਥੋੜ੍ਹੀ ਜਿਹੀ ਹੋਰ ਜ਼ਿਆਦਾ ਸੌਖੀ ਹੋ ਜਾਂਦੀ ਹੈ ਸਭ ਤੋਂ ਇੰਟਰਸਟਿੰਗ ਅਤੇ ਲਾਸਟ ਦੇ ਵਿੱਚ ਗੱਲ ਕਰਾਂਗੇ ਮਾਸਟਰ ਆਫ ਇਨਫੋਰਮੇਸ਼ਨ ਟੈਕਨੋਲੋਜੀ ਇਨਫੋਰਮੇਸ਼ਨ ਟੈਕਨੋਲੋਜੀ ਆਲਰੇਡੀ ਜਿਹੜਾ ਪੜ੍ਹ ਲੈਂਦਾ ਉਹਨੂੰ ਇੱਕ ਤਾਂ ਪ੍ਰੋਗਰਾਮ ਸਹੀ ਨਹੀਂ ਮਿਲਦਾ ਅਗਰ ਕੋਈ ਸੁਜੈਸਟ ਕਰਦਾ ਹੈ ਤਾਂ ਉਹਨੂੰ ਮਾਸਟਰ ਬਿਜ਼ਨਸ ਐਡਮਿਨ ਦੇ ਦਿੰਦਾ ਜਿਹਦੇ ਵਿੱਚ ਵੀਜ਼ਾ ਕਾਫੀ ਹੱਦ ਤੱਕ ਰਿਫਿਊਜ਼ ਹੁੰਦੇ ਆ ਕਈ ਐਪਲੀਕੇਸ਼ਨਸ ਐਸੀਆਂ ਜਿਹੜੀਆਂ ਵੀਜ਼ਾ ਨਹੀਂ ਲੱਗ ਪਾਉਂਦੇ ਸੋ ਉਹ ਐਪਲੀਕੇਸ਼ਨਸ ਦੇ ਲਈ ਤੁਸੀਂ ਆਰਟੀਫਿਸ਼ਲ ਇੰਜੀਨੀਅਰਿੰਗ ਕਰ ਸਕਦੇ ਹੋ ਸੋਫਟਵੇਅਰ ਡਿਵਲਪਮੈਂਟ ਕਰ ਸਕਦੇ ਹੋ ਤੁਸੀਂ ਮਲਟੀਮੀਡੀਆ ਪੜ੍ਹ ਸਕਦੇ ਹੋ ਜਾਂ ਫਿਰ ਸਾਈਬਰ ਸਿਕਿਉਰਿਟੀ ਪੜ੍ਹ ਸਕਦੇ ਹੋ ਇਹ ਜਿਹੜੇ ਬਹੁਤ ਹੀ ਸਪੈਸ਼ਲ ਪ੍ਰੋਗਰਾਮਸ ਹੈ ਕ੍ਰਿਟੀਕਲ ਸਕਿੱਲ ਅਸੈਸਮੈਂਟ ਲਿਸਟ ਦੇ ਵਿੱਚ ਟੌਪ ਦੇ ਉੱਤੇ ਰਹਿੰਦੇ ਆ ਜੀ ਤੁਹਾਨੂੰ 2 ਸਾਲ ਦੀ ਐਜੂਕੇਸ਼ਨ ਮਿਲਦੀ ਹੈ ਇਸ ਤੋਂ ਬਾਅਦ ਤੁਸੀਂ 5 ਸਾਲ ਦੇ ਵਰਕ ਪਰਮਿਟ ਲੈਣ ਦੇ ਲਈ ਐਲੀਜੀਬਲ ਹੁੰਦੇ ਹੋ ਦੈਟ ਮੀਨਸ ਕਿ 7 ਸਾਲ ਆਸਟ੍ਰੇਲੀਅਨ ਗਵਰਨਮੈਂਟ ਤੁਹਾਨੂੰ ਉੱਥੇ ਰੱਖ ਸਕਦੀ ਹੈ ਜਿਹਦੇ 'ਚ ਦਿੱਕਤ ਕੋਈ ਨਹੀਂ ਆਉਂਦੀ ਸੋ ਇਹਦੇ ਮਿਡ ਬਿਟਵੀਨ ਤੁਸੀਂ PR ਪ੍ਰੋਸੈਸ ਕਰ ਸਕਦੇ ਹੋ ਤਾਂ ਬੜੀ ਈਜ਼ੀ PR ਹੈ ਸੋ ਇਹ ਜਿਹੜੇ ਕੋਰਸਿਸ ਹੈਗੇ ਆ ਤੁਸੀਂ ਪੜ੍ਹ ਕੇ ਆਪਣੀ ਫੀਲਡ ਦੇ ਅਕੋਰਡਿੰਗਲੀ ਮਾਸਟਰ ਸਟੂਡੈਂਟ ਅਗੇਨ ਅੱਗੇ ਫਰਦਰ ਪ੍ਰੋਗਰੈਸ਼ਨ ਦੇ ਵਿੱਚ ਐਜੂਕੇਸ਼ਨ ਕਰਕੇ ਵੀਜ਼ਾ ਵੀ ਲੈ ਸਕਦਾ ਹੈ ਵੀਜ਼ਾ ਤੋਂ ਬਾਅਦ 5 ਸਾਲ ਦਾ ਵਰਕ ਪਰਮਿਟ ਵੀ ਕਰ ਸਕਦਾ ਅਤੇ PR ਵੀ ਈਜ਼ੀਲੀ ਹਾਸਲ ਕਰ ਸਕਦਾ ਹੈ ਸੋ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਕਿ ਕਈ ਐਪਲੀਕੈਂਟਸ ਹੈ ਜਿਹੜੇ ਮੇਨ ਐਪਲੀਕੈਂਟ ਗ੍ਰੈਜੂਏਟ ਆ ਬਟ ਸਪਾਊਸ ਦੀ ਗੱਲ ਕਰੀਏ ਸਪਾਊਸ +2 ਹੈ ਸੋ ਉਹ ਐਪਲੀਕੈਂਟ ਲਈ ਵੀ ਮੋਸਟ ਵੈਲਕਮ ਹੈ ਜੀ ਓਮ ਗਲੋਬਲ ਤੁਹਾਡਾ ਵੀਜ਼ਾ ਲੈ ਕੇ ਦੇਗਾ ਸੇਮ ਡੇ ਤੁਹਾਨੂੰ ਟਰੈਵਲ ਕਰਾਏਗਾ ਅਤੇ ਕਈ ਐਸੇ ਐਪਲੀਕੈਂਟਸ ਹੈ ਜਿਹਦੇ ਕੋਲ ਪੁਰਾਣੇ ਫੰਡ ਦਿਖਾਉਣ ਦੇ ਲਈ ਨਹੀਂ ਹੈਗੇ ਸੋ ਮੋਸਟ ਵੈਲਕਮ ਉਹਨਾਂ ਐਪਲੀਕੇਸ਼ਨਸ ਨੂੰ ਵੀ ਸੋ ਓਮ ਗਲੋਬਲ ਟੀਮ ਥਰੂ ਮਾਰਾ ਏਜੰਟ ਐਪਲੀਕੇਸ਼ਨ ਤੁਹਾਡੀ ਪ੍ਰੋਸੈਸ ਕਰੇਗੀ ਅਤੇ ਵੀਜ਼ਾ ਹਾਸਲ ਕਰਨ 'ਚ ਤੁਹਾਡੀ ਮਦਦ ਕਰੇਗੀ ਸੋ ਇਹੀ ਨਹੀਂ ਜਦੋਂ ਤੁਸੀਂ ਇੱਥੋਂ ਇੰਡੀਆ ਤੋਂ ਵੀਜ਼ਾ ਹਾਸਲ ਕਰ ਲੈਂਦੇ ਹੋ ਆਸਟ੍ਰੇਲੀਆ ਪਹੁੰਚ ਜਾਂਦੇ ਹੋ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਤੋਂ ਬਾਅਦ
PR हासिल कर सकते हो। वधेरे जानकारी ते अपॉइंटमेंट लई कॉल कर सकते हो 9216892107। धन्यवाद।